जस पंजाबी देख रहे हो सारे दर्शकों को मेरे वालों प्यार भरी सत श्री अकाल तुहाडा स्वागत साडे इस स्पेशल प्रोग्राम दे विच जिथे बड़ू साहिब कलगी दर ट्रस्ट संस्था नू लैके वक वक उन्हां दे इनिशिएटिव्स उन्हां दे प्रोग्राम्स किस तरह दी सेवावां ਇਹ ਸੰਸਥਾ ਕਰ ਰਹੀ ਹੈ ਪੰਜਾਬ ਦੀ ਸਫਲਤਾ ਲਈ ਉਹਨਾਂ ਲਈ ਜੋ ਸਭ ਤੋਂ ਜ਼ਿਆਦਾ ਲੋੜਮੰਦ ਹਨ ਇਸ ਵੇਲੇ ਅਤੇ ਕਿਸ ਤਰ੍ਹਾਂ ਉਹਨਾਂ ਦੇ ਸਪੋਰਟਰਸ ਡੋਨਰਸ ਉਹਨਾਂ ਨੂੰ ਆਪਣਾ ਯੋਗਦਾਨ ਪਾ ਰਹੇ ਹੈ ਅਤੇ ਇਸ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਅਤੇ ਕਿਸ ਤਰ੍ਹਾਂ ਤੁਸੀਂ ਵੀ ਹੋਰ ਜਾਣਕਾਰੀ ਪਾ ਕੇ ਇਸ ਮਿਸ਼ਨ ਦੇ ਵਿੱਚ ਇਨਵੋਲਵ ਹੋ ਸਕਦੇ ਹੋ ਇਹ ਸਾਰੀ ਚੀਜ਼ਾਂ ਦੀ ਗੱਲ ਇੱਕ ਵਾਰੀ ਫਿਰ ਅੱਜ ਕਰਾਂਗੇ ਸਾਰਿਆਂ ਨੂੰ ਇੱਕ ਵਾਰੀ ਫਿਰ ਸਵਾਗਤ ਜਿਸ ਤਰ੍ਹਾਂ ਹਰ ਹਫ਼ਤੇ ਤੁਹਾਡੇ ਨਾਲ ਇੱਕ ਵੰਡਰਫੁਲ ਪੈਨਲ ਲੈ ਕੇ ਆਉਂਦੇ ਹਾਂ ਵੱਖ ਵੱਖ ਐਂਗਲਸ ਵੱਖ ਵੱਖ ਡਿਫਰੈਂਟ ਚੀਜ਼ਾਂ ਨੂੰ ਡਿਸਕਸ ਕਰਨ ਲਈ ਇਨੀਸ਼ੀਟਿਵਸ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲਈ ਅੱਜ ਵੀ ਇੱਕ ਬਹੁਤ ਹੀ ਸਪੈਸ਼ਲ ਪੈਨਲ ਸਾਡੇ ਨਾਲ ਜੁੜਿਆ ਹੈ ਤਾਂ ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਦੀ ਇੰਟਰੋਡਕਸ਼ਨ ਕਰਾਉਣਾ ਚਾਹੁੰਦੀ ਹਾਂ ਸਾਡੇ ਅੱਜ ਦੇ ਪੈਨਲ ਦੇ ਵਿੱਚ ਸਾਡੇ ਗੈਸਟ ਨੂੰ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਸਾਡੇ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਨੂੰ ਇੰਟਰੋਡਿਊਸ ਕਰਾਉਣਾ ਚਾਹੁੰਦੀ ਹਾਂ ਅਫਕੋਰਸ ਸਟਾਰਟਿੰਗ ਵਿਦ ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਸਾਡੇ ਨਾਲ ਇੰਡੀਆ ਤੋਂ ਜੁੜੇ ਹਨ ਮੈਂ ਕਹਾਂਗੀ ਅੱਜ ਦੀ ਡੇਟ ਦੇ ਵਿੱਚ ਮੁੱਖ ਸੇਵਾਦਾਰ ਬਾਬਾ ਇਕਬਾਲ ਜੀ ਦੇ ਬਾਅਦ ਡਾਕਟਰ ਦਵਿੰਦਰ ਸਿੰਘ ਜੀ ਸਾਰਾ ਕੰਮ ਸੰਸਥਾ ਦਾ ਓਵਰਸੀ ਕਰਦੇ ਹੈ ਐਂਡ ਯੂ ਆਰ ਸੋ ਬਿਜ਼ੀ ਸਰ ਬਟ ਇਟਸ ਆਲਵੇਜ਼ ਅ ਪਲੇਜ਼ਰ ਤੁਸੀਂ ਸਾਡੇ ਨਾਲ ਜੁੜੇ ਆਈ ਜਸਟ ਵਾਂਟ ਟੂ ਸੇ ਤੁਹਾਨੂੰ ਆਪ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਅ ਫਿਊ ਮੰਥਸ ਅਗੋ ਸੋ ਇਟ ਵਾਸ ਰੀਅਲੀ ਗੁੱਡ ਇੰਡੀਆ ਵਿੱਚ ਤੁਸੀਂ ਸਾਨੂੰ ਹੋਸਟ ਕੀਤਾ ਥੈਂਕ ਯੂ ਫਾਰ ਦੈਟ ਬਟ ਅੱਜ ਆਪਾਂ ਸਕਰੀਨ ਰਾਹੀਂ ਇੱਕ ਵਾਰੀ ਫਿਰ ਇੱਕ ਦੂਜੇ ਨਾਲ ਮਿਲ ਰਹੇ ਹਾਂ ਵੈਲਕਮ ਟੂ ਦਾ ਪ੍ਰੋਗਰਾਮ ਅਫਕੋਰਸ ਪ੍ਰੋਮੀਨੈਂਟ ਡੋਨਰ ਡੈਲਸ ਟੈਕਸਿਸ ਤੋਂ ਕਿੰਨੇ ਲੰਬੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹਨ ਆਪਣੀ ਸੇਵਾ ਪਾ ਰਹੇ ਜੈਸੀ ਮਾਨ ਜੀ ਇਜ਼ ਆਲਸੋ ਵਿਦ ਅਸ ਟੁਡੇ ਐਂਡ ਰਵੀਦੀਪ ਕੌਰ ਮੁਕਤਾ ਜੀ ਜੋ ਟੈਕਸਿਸ ਤੋਂ ਜੁਆਇਨ ਕਰ ਰਹੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਸਵਾਗਤ ਪ੍ਰੋਗਰਾਮ ਦੇ ਵਿੱਚ ਮੈਂ ਅੱਜ ਇਸ ਸ਼ੋਅ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਡਾਕਟਰ ਦਵਿੰਦਰ ਸਿੰਘ ਜੀ ਤੁਹਾਡੇ ਨਾਲ ਯੂ ਨੋ ਇਸ ਸੰਸਥਾ ਨੂੰ ਲੈ ਕੇ ਸਾਡੀ ਹਮੇਸ਼ਾ ਵੱਖ ਵੱਖ ਇਨੀਸ਼ੀਟਿਵ ਦੀ ਗੱਲ ਹੁੰਦੀ ਹੈ ਆਈ ਥਿੰਕ ਐਵਰੇਜ ਇਨਸਾਨ ਨੂੰ ਇਹ ਨਹੀਂ ਰਿਅਲਾਈਜ਼ ਹੁੰਦਾ ਕਿੰਨੇ ਡਿਫਰੈਂਟ ਚੀਜ਼ਾਂ ਦੇ ਵਿੱਚ ਬੜੂ ਸਾਹਿਬ ਕਲਗੀਧਰ ਟਰੱਸਟ ਲੱਗੀ ਹੋਈ ਹੈ ਜਿੱਥੇ ਐਜੂਕੇਸ਼ਨ ਅਤੇ ਵੁਮੈਨ ਇੰਪਾਵਰਮੈਂਟ ਦੀ ਗੱਲ ਆਉਂਦੀ ਹੈ ਉਸ ਪਾਸੇ ਤਾਂ ਸ਼ੁਰੂਆਤ ਤੋਂ ਇਹ ਸੰਸਥਾ ਕੰਮ ਕਰੀ ਹੈ ਬਟ ਐਜੂਕੇਸ਼ਨ ਡਜ਼ਨਟ ਜਸਟ ਸਟਾਰਟ ਯੂ ਨੋ ਜੋ ਸਾਡੇ ਬੱਚੇ ਹੁੰਦੇ ਆ ਉਹਨਾਂ ਦੇ ਨਾਲ ਐਜੂਕੇਸ਼ਨ ਇਜ਼ ਅਫਕੋਰਸ ਅ ਲਾਈਫ ਲੋਂਗ ਪ੍ਰੋਸੈਸ ਬਟ ਹਾਇਰ ਐਜੂਕੇਸ਼ਨ ਇਜ਼ ਸਮਥਿੰਗ ਜਿਹਦੇ 'ਤੇ ਇਹ ਸੰਸਥਾ ਖਾਸ focus on the so I kind of want to talk about that a little bit today so Dr. Devinder Singh ji ek bari fir program de vich swagat and I'd like you to kick off this conversation with some of the different higher education institutions jo is vele vak vak sevama offer kar rahi hain students le Waheguru ji ka khalsa Waheguru ji ki fateh pehla te das तह दिनों धन्यवाद करता है जस पंजाबी का और विशेष तौर पर शमिता जी आप जी का जिन्होंने पिछले कई साल तो सानू निवाजिया है और साड़ी छोटी जी आवाज़ पूरे नॉर्दर्न हैमिस्फीयर पूरे वैसट में तुसी साड़ी पहुँचाई है बहुत बहुत बड़ा धन्यवाद नाल ही दास धन्यवाद करेगा जसीमान वीर जी का भी जो भी साढ़े नाल पिछले ऑलमोस्ट तीन डिकेट्स तो जुड़े हुए हैं और उन्होंने बढ़ चढ़ के हिस्सा पाया है होर बहुत सारे डोनर्स नु मोटिवेट किया है कि भी ये जो पंथ का जो कार्य चल रहा है जो बाबा इकबाल सिंह जी चला रहे हैं इस विच इस समय विच इस दी कंट्रीब्यूशन ही बहुत ऑब्जेक्टिव तरीके नाल असी अपना जो दसवंध है वो असी कंट्रीब्यूट कर सकते हैं क्योंकि ये जो काम कर रही है संस्था ਉਹ ਅੱਜ ਦੀ ਨੀਡ ਹੈ ਨਾ ਹੀ ਸਿਰਫ ਸਿੱਖ ਪੰਥ ਦੀ ਪਰ ਪੂਰੀ ਸੁਸਾਇਟੀਜ਼ ਦੀ ਕੰਟਰੀਜ਼ ਦੀ ਪੂਰੀ ਦੁਨੀਆ ਦੀ ਉਹ ਕਿ ਅਸੀਂ ਬੱਚਿਆਂ ਨੂੰ ਸੰਭਾਲਣਾ ਹੈ ਜਿੱਥੇ ਤੱਕ ਸਵਾਲ ਰਹੀ ਹਾਇਰ ਐਜੂਕੇਸ਼ਨ ਦੀ ਬੇਸਿਕਲੀ ਜਿਹੜਾ ਕਲਗੀਧਰ ਟਰੱਸਟ ਹੈ ਇਸਦਾ ਜੋ ਮੇਨ ਓਬਜੈਕਟਿਵ ਸੀ ਟੂ ਇਸਟੈਬਲਿਸ਼ ਆਊਟਸਟੈਂਡਿੰਗ ਹਿਊਮਨ ਬੀਂਗਸ ਉਹ ਸਾਡੇ ਫਾਊਂਡਰ ਸੇਂਟ ਸੰਤ ਫਤਿਹ ਸਿੰਘ ਮਹਾਰਾਜ ਜੀ ਨੇ 1906 ਵਿੱਚ ਐਨੰਸੀਏਟ ਕਰ ਦਿੱਤਾ ਸੀ ਕਿ ਬਈ ਅਸੀਂ ਧਾਰਮਿਕ ਵਿੱਦਿਆ ਨੂੰ
अध्यात्मक विद्या नूं दुनियावी विद्या दा सुमेल करना है तां कि जड़े बंदे विद्वान होके बाहर निकलणगे अपने कारोबार करनगे ओह नाल नाल इह भुलण ना कि ओह उहनां दा लाइफ दा ऑब्जेक्टिव की है तां कि ओह सोसाइटी नूं पे बैक कर सकन जो उहनां नूं मिलिया है। सो इह तां ही पॉसीबल है जिहड़ी वैल्यूज असीं इनकलकेट करनियां हुंदियां हन इह तां ही पॉसीबल हुंदियां हन जे असीं छोटे उम्र तों ही बच्चे विच इह वैल्यूज इनकलकेट कर दईए। जैसे सोचिए कि बंदा बच्चा वड्डा हो जाए उस टाइम असीं वैल्यूज उस पंप करांगे तो साढ़े एफर्ट्स बहुत ज़्यादा डिविडेंट्स पे नहीं करते। सो द क्लिशे इज कैच देम यंग। इसी वास्ते जो बेसिक जो प्रोग्राम है कलगीधर ट्रस्ट का वो है छोटे बच्चों को पढ़ाना स्कूलों इस्टैबलिश करना तो एक ऑपरचुनिटी क्वालिटी वैल्यू बेस्ड एजुकेशन की ऑपरचुनिटी बच्चों को देनी विशेष तौर पर पिंड के बच्चों को। पर जब ये स्कूल चलन लग पे तो नीड असी रियलाइज की कि भी जिस तरह का असी बच्चों को बुनियाद दिती है वो ता ही पूरा डिविडेंड लैके आएगी जे इसी फिलोसफी का दैट इज अ मिक्सचर ऑफ स्पिरिचुअल एंड द कन्वेंशनल एजुकेशन ये साड़ा मंत्र हैगा। इस तरह की संस्थावां हायर एजुकेशन दी भी होन। सो इसनों देख के सब तो पहला बाबा इकबाल सिंह जी ने साडा विमेन एम्पावरमेंट प्रोग्राम शुरू किया जिस विच के पिंडां दी लड़कियां नूं जिहड़ी उत्थों 10वीं 12वीं कर चुकियां सी हायर एजुकेशन करन वास्ते बड़ूसा बुलाया गया उन्हां पढ़ाया गया और उस तो बाद उन्हां नूं टीचर एजुकेशन दे के पिंडां दे स्कूलां विच एम्प्लॉय किया गया। एज आई हैव बीन शेयरिंग कि दिस इज अवर वेरी प्रेस्टिजियस प्रोजेक्ट जिस विच असीं पिंडां दे लड़कियां नूं नाल पढ़ा रहे हां ते नाल नाल उन्हां नूं एम्प्लॉय भी कर रहे हां। एंड द ऑर्गेनाइजेशन इज स्पेंडिंग अबाउट $1 million on this project alone. Wow, that is a big sum, but I think jithe jado vadda kam karna hoye te odi vaddi cost bhi hundi hai, but e koi mamooli ja kam nahi hai. E main kahangi sab to important seva is vele chal rahi hai. Dr. Davinder Singh ji, jis tarah tusi keha chhoti lakdi nu ag cheti lagdi hai, so you know, this is absolutely shuruaat to laike throughout their lives e education sanstha provide kar rahi hai, jis tarah vision संत अदर महाराज जी का बाबा संत बाबा इकबाल जी का एंड यू नो बाबा इकबाल जी की जिथे गल आती है हले भी आई मीन वंस अगेन आई एम सो लकी कि मैनू आप नू मौका मिले उन्होंने मिलन का हले भी लगे हुए है जदों गए सी आपां हले भी फोन ते लगे हुए है बिजी इन्नी उम्र दे विच भी इट रियली गिव्स यू एन आइडिया कि संस्था किन्नी डेडिकेशन दे नाल यू नो द Vision starts from the top. Isse vich lagi hoyi thi ek thodi ji break layi rukde ha. Viewers, tusi kithe na jao. Sada panel sade naal judya hoya hai. Aaj bahut hi important discussion ho rahi hai. Kalgidhar Trust Bharu Sahib Sanstha di education nu laake khaas karke higher education nu laake ki is vele den hai te kis tarah tusi in cheezan de vich apni seva pa sakde ho. Kithe na jao, milde ha break to us part. ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ। ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਸੰਸਥਾ ਬੜੂ ਸਾਹਿਬ ਕਲਗੀਧਰ ਟਰੱਸਟ ਦੇ ਸੇਵਾਦਾਰਾਂ ਦੇ ਨਾਲ ਦੇ ਸਪੋਰਟਰਸ ਦੇ ਨਾਲ ਗੱਲ ਹੋ ਰਹੀ ਹੈ, ਵੱਖ ਵੱਖ ਇਨੀਸ਼ੀਟਿਵਸ ਦੀ ਗੱਲ ਹੋ ਰਹੀ ਹੈ। ਬਟ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਐਜੂਕੇਸ਼ਨ ਸਭ ਤੋਂ ਇੰਪੋਰਟੈਂਟ ਮੁੱਦਾ ਹੈ ਇਸ ਪ੍ਰੋਗਰਾਮ ਦਾ, ਇਸ ਸੰਸਥਾ ਦਾ ਮੈਂ ਕਹਾਂਗੀ। ਸੋ ਇੱਕ ਵਾਰੀ ਫਿਰ ਪੈਨਲ ਨੂੰ ਸਵਾਗਤ ਕਰਦੇ ਹਾਂ। ਸਾਡੇ ਨਾਲ ਜੁੜੇ ਹਨ ਡਾਕਟਰ ਦਵਿੰਦਰ ਸਿੰਘ ਜੀ ਇੰਡੀਆ ਤੋਂ। ਸਭ ਤੋਂ ਪਹਿਲੇ ਤੁਹਾਨੂੰ ਡਾਕਟਰ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸੀ ਮਾਨ ਜੀ ਡੈਲਸ ਟੈਕਸਿਸ ਤੋਂ, ਪ੍ਰੋਮੀਨੈਂਟ ਡੋਨਰ ਸਪੋਰਟਰ ਬਿਜ਼ਨਸਮੈਨ, ਐਂਡ ਆਫਕੋਰਸ ਰਵੀਦੀਪ ਕੌਰ ਮੁਕਤਾ ਜੀ ਜਿਹਨਾਂ ਨੂੰ ਕੌਣ ਨਹੀਂ ਜਾਣਦਾ। ਡਾਕਟਰ ਦਵਿੰਦਰ ਸਿੰਘ ਜੀ, ਤੁਸੀਂ ਸਾਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਜੋ ਇਹ ਐਜੂਕੇਸ਼ਨ ਦੀ ਇਨੀਸ਼ੀਏਟਿਵ ਹੈ ਇਹ ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦਾ ਹੈ, ਤੇ ਇਹ ਸੰਸਥਾ ਬੜੂ ਸਿੱਖ ਕਲਗੀ ਦਾ ਟਰੱਸਟ ਉਸ ਹੀ ਟੀਚੇ ਤੇ ਸ਼ੁਰੂਆਤ ਤੋਂ ਬੱਚਿਆਂ ਨੂੰ ਨਿੱਕੀ ਨਿੱਕੀ ਉਮਰ ਤੋਂ ਲੈ ਕੇ
throughout education, they work institutions, they rahi, empower kar di hai. Jaisiman ji, main tode to thode ji hun sunna chahundi hai, because tusi bhi education te ek bahut hi high value place pe ho. You yourself are a very well established businessman in the tech industry. You've built businesses, sold them for millions. So when it comes to education, Jaisiman ji, aaj di date de vich Punjab vich khas kar education da mudda bahut vadde level te vekhan nu mil reha hai, paave oh kisana nu laake hoye ki inhan nu education honi chahiye apni field bare, about the practices about the agriculture, ya jo agli peedi unhan nu education honi chahiye, so they are employable, right? Jaisiman ji, tode khayal ch is there anyone else, is there any initiatives that are placing this kind of value on education on the ground in Punjab, jis tarah Badu Sahib Kalgi Dar Trust sansa kar rahi hai? ਹਾਂਜੀ, ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਬਾਕੀ ਬੜੂ ਸਾਹਿਬ ਬਾਰੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ, ਹਾਓ ਨਾਈਸਲੀ ਹਾਓ ਦੇ ਆਰ ਵੈਲ ਔਰਗਨਾਈਜ਼ਡ ਟੂ ਪ੍ਰੋਵਾਈਡ ਦੈਟ ਵੈਰੀ ਮੱਚ ਦੈਟ ਨੀਡਡ ਐਜੂਕੇਸ਼ਨ ਸਾਡੇ ਪੰਜਾਬ ਦੇ ਵਿੱਚ। ਅਸੀਂ ਬਹੁਤ ਪਿੱਛੇ ਰਹਿ ਗਏ ਹਾਂ ਜੇ ਤੁਸੀਂ ਕੰਪੇਅਰ ਕਰੀਏ ਇੰਡੀਆ ਦੇ ਵਿੱਚ ਵੀ, ਅਸੀਂ ਕੰਪੇਅਰ ਕਰੀਏ ਆਪਣੀ ਪੰਜਾਬ ਸਟੇਟ ਨੂੰ, ਅਸੀਂ ਬਹੁਤ ਪਿੱਛੇ ਰਹਿ ਗਏ ਹਾਂ। ਅਤੇ ਵੀ ਨੀਡ organization like Badu Sahib no, they can get concrete results for us, getting the kids started on the right path, because that's very important. Because school to utthe badi der de hai gaya, but if they don't give you right kind of education, you cannot move up to the next level. So I think that's been one of the more important things I see, ke bhi jehde ki sadi academies de vich eh education milti hai bachiyan nu, it prepares them for the next level, because high school education is not good enough. They baki, trying to make a big impact, it requires a lot of money, and they have taken the funds and done more than anybody could imagine, in my opinion, how much that has been accomplished in the last 20 years, the universities and the schools. And I think we already feel the impact in Punjab. And we also at the simultaneously, ਤੁਸੀਂ ਕਿਹਾ ਸੀਗਾ ਵੀ ਉੱਥੇ ਕਿਸਾਨਾਂ ਦੇ ਜਿੱਦਾਂ ਪ੍ਰੋਟੈਸਟ ਵਗੈਰਾ ਚੱਲ ਰਹੇ ਨੇ, ਤੇ ਵੀ ਆਲਸੋ ਸੀ ਦੈਟ ਵੀ ਕੈਨੋਟ ਰਿਲਾਈ ਔਨ ਫਾਰਮਿੰਗ, ਵੀ ਨੀਡ ਐਜੂਕੇਸ਼ਨ, ਵੀ ਨੀਡ ਇੰਡਸਟਰੀ ਇਨ ਪੰਜਾਬ, ਵੀ ਨੀਡ ਇੰਡਸਟਰੀ ਦੈਟ ਰਿਕੁਆਇਰਸ ਐਜੂਕੇਸ਼ਨ, ਵੈਦਰ ਇਟਸ ਟੈਕਨੋਲੋਜੀ ਔਰ ਅਦਰ ਥਿੰਗਸ ਰਿਲੇਟਡ ਟੂ ਟੈਕਨੋਲੋਜੀ। ਤੇ ਈਵਨ ਪੀਪਲ ਹੂ ਵਾਂਟ ਟੂ ਕਮ ਇਮੀਗ੍ਰੇਟ ਟੂ ਕੈਨੇਡਾ ਔਰ US ਐਂਡ ਅਦਰ ਪਲੇਸਿਸ, ਦੇ ਨੀਡ ਐਜੂਕੇਸ਼ਨ। So I think all the different programs that are being happening in the academies, I'm very impressed. I want to do as much as I can. And I urge everybody that if you have any time and effort, money, but however you can help, please learn about the organization, and we need you more than ever. Time, money, or even jidda apa last time gal kiti si land, right? Aaj jithe sadi community inni jyada migrate ho chuki hai, abroad settled hai, there is so much land jo it is essentially ek bojh ban gaya ki ki karna hai, da kis tarah inu samna hai. But we discussed this last week, a great thing that you can do, which is a win-win from all sides, tusi us land nu donate kar sakde ho sansa nu, sansa tode layi oh sara kam kar diye, paave oh resale da hoye ya jo bhi ohde naal karna hai. So that is another great way. Dr. Devinder Singh ji, main tode naal thodi ji hun in institutions bare gal karna chahwangi. Of course, sada hamesha focus hunda hai ki Punjab nu kis tarah uplift kita jaye, jithe sadi dharti piche reh gayi hai, how can we make those gains, right? And brain drain is one of those, oh ek masla hega je jithe agar sadi young generation nu education nahi mil rahi ya mil rahi hai no padhai likhai karke abroad aa rahe hai, te Punjab ਰਹਿ ਕੌਣ ਜਾਊਗਾ ਪ੍ਰੋਗਰੈਸ ਲਈ, ਰਾਈਟ? ਬਟ ਇਹ ਸੰਸਥਾ ਐਜੂਕੇਸ਼ਨ ਪ੍ਰੋਵਾਈਡ ਵੀ ਕਰ ਰਹੀ ਹੈ, ਜੋਬਸ ਵੀ ਪ੍ਰੋਵਾਈਡ ਕਰ ਰਹੀ ਹੈ, ਐਂਡ ਜਨਰੇਸ਼ਨ ਨੂੰ ਇਕੁਇਪ ਕਰ ਰਹੀ ਹੈ ਤਾਂ ਕਿ ਉਹ ਆਪਣੇ ਸਕਿੱਲਸ ਪੰਜਾਬ ਦੇ ਵਿੱਚ ਹੀ ਅਪਲਾਈ ਕਰ ਸਕਣ। ਡਾਕਟਰ ਦਵਿੰਦਰ ਸਿੰਘ ਜੀ, ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸ ਸਕਦੇ ਹੋ ਅੱਜ ਕੀ ਕੁਛ ਤਰ੍ਹਾਂ ਦੀ ਇੰਸਟੀਟਿਊਸ਼ਨਸ ਹਨ, ਕੀ ਪ੍ਰੋਗਰਾਮਸ ਹਨ, ਐਂਡ ਹਾਊ ਦੀਸ ਸਟੂਡੈਂਟਸ ਦੈਨ ਐਂਟਰ ਬੈਕ ਇਨਟੂ ਸਿਵਲ ਸੋਸਾਇਟੀ, ਕਿਸ ਤਰ੍ਹਾਂ ਦਾ ਇੰਪੈਕਟ ਉਹ ਪਾ ਰਹੇ ਹੈ? ਡਾਕਟਰ ਦਵਿੰਦਰ ਸਿੰਘ ਜੀ,
मुक्ता जी, ये तुसी गल बड़ी लाजमी कही कि साढ़े जरा यूथ है एक पूरी जनरेशन ही हूँ इस तरह जाप रहा है कि वह बाहर जा रही है जी, जरूर जाए बाहर, उन्होंने ऑपरचुनिटीज मिल रही हैं, वी आर हैप्पी फॉर दैम। पर दो इशूज सानू इस नाल नाल सानू समझने पैणगे कि साडा पंजाब नाल बड़ा एक डूंगा विरसा है। साडा पंजाब विच साढ़े इतिहासिक संस्थान हैं, साढ़े गुरु गुरु साहिबान ने वो जो गुरु घर हैं उन्होंने बड़ी साड़ी हिस्टरी जुड़ी हुई है पंजाब के नाल। ते जे एक जनरेशन ये बाहर चली जाएगी तो साढ़े इन स्थानों नो कौन संभालेगा फिर? जो साड़ा ये विरसा है, जो साड़ी हिस्टरी है, इसनों संभालन वास्ते भी तो सानू काबिल लायक डिवोटेड कमिटेड बच्चे चाहिए। सो ये असी सोच रहे हैं कि ये जो गैप है इस विच कलगीधर ट्रस्ट का बड़ा वड्डा योगदान होएगा, क्योंकि असी बच्चों नू क्वालिटी एजुकेशन दे के नाल ये भी इंस्टिल कर देता है कि भी उना दा जो जीवन दा जो ऑब्जेक्टिव है इट इज समथिंग मोर दैन सिंपली मटीरियल रिटर्न्स। उन्होंने अपने आप मैं ते मेरे परिवार तो परे हट के दूसरे बारे भी सोचना है, कॉन्ट्रीब्यूट करना है सोसाइटी दे अपलिफ्ट विच। सो इस वास्ते असी इन्हां नूं जद असी क्वालिटी एजुकेशन दे दिंदे हां ते नाल ये वैल्यूज भी इंस्टिल कर देंदे हां। हुण असी इन्हां नूं ऑपरचुनिटी दे रहे हां बच्चियां नूं कि तुसी इत्थे रह के ही, इंडिया विच रह के ही तुसी एज गुड एजुकेशन एज इज प्रोवाइडेड बाय द यूनिवर्सिटीज ऑफ द वेस्ट इत्थे ही दे रहे हां, एट इटरनल यूनिवर्सिटी बड़ू साहिब एंड एट अकाल यूनिवर्सिटी बड़ू साहिब। इन एडिशन असी ये चाह रहे हां कि हुण जे असी देखिए कि जिहड़ियां भी सिविल सर्विसिज दी जॉब्स हैं पंजाब विच, बहुत सारियां और नौकरियां साढ़े पंजाबी बच्चे वो जॉब्स नहीं लै रहे। दोज जॉब्स आर बीइंग कॉर्नर्ड बाय चिल्ड्रन फ्रॉम रेस्ट ऑफ द कंट्री। वो क्यों हो रहा है? इस वास्ते हो रहा है कि साढ़े लायक बच्चे बाहर चले गए ते जड़े बाकी पिछे बच जाते हैं वो अपने आप नूं इस काबिल ही नहीं समझते कि अपलाई भी करन इन 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 सिविल सर्विस जॉब्स वास्ते। सो असी एक ये बड़ा वड्डा प्रोग्राम शुरू किया सी अकाल यूनिवर्सिटी विच, उसका हुण फस्ट बैच अपीयर करेगा सिविल सर्विस एग्जाम्स विच, जिथे कि असी बच्चों नूं IAS दे एग्जाम्स वास्ते तैयारी करा रहे हैं ओवर 3 years। द स्टूडेंट जॉइनस द ग्रेजुएट प्रोग्राम and the day he joins he is also enrolled in this special coaching special training program jis naal bachcha equipped ho janda hai eh exams crack karan waste. is program vich jehde bachche bhi enroll ho rahe han assi dekhde han ke bhi unna de 12th class vich at least 90% aggregate marks zarur hon, preferably beyond 95, aur fir assi in bachchyan nu jehdi unna di graduation da kharcha hai oh bhi assi free karde han. we don't charge them any tuition fees. And this coaching also is provided free of cost to these kids. ताके ये बच्चे अपने आप नूं उस level ते prepare कर लैन कि वो exams crack करन। बहुत load है इस time ते। हुण जिहड़ी असीं problem देख रहे हैं जो साढ़े सामने ये problem खड़ी हो गई farmers दी, उसका बड़ा वड्डा एक ये भी रीज़न है कि जिहड़े policy makers हैं उन्हां दा grassroot level ते relationship बहुत लिमिटेड होंदा है। जे साडे बच्चे जिहड़े कि पिंडां चों निकले हन उन्होंने वो सारी प्रॉब्लम्स पिंडां दीआं और पिंडां दे लोगां दीआं सारियां देखियां होईआं हन, जे इन बच्चियां नूं पॉलिसी मेकिंग लैवल ते असी पहुँचा दईए ते और इन्हां दे मन विच कंपैशन भी होए और ये डिजायर भी होए कि असी भला करना है सोसाइटी का, ये साडा धर्म है, यही साडा कर्म है, यही साडा ऑब्जेक्टिव है लाइफ का, तो फिर असी चेंज डेफिनेटली लिया सकांगे। जो असी अज देखिया है कि उत्थे बैठे हुए हैं साडे किसान वीर दिल्ली के बॉर्डर से 6 महीने हो गए हैं उत्थे बैठे हुए हैं, ये फिर सिचुएशन नहीं आनगियां जे एक करोना वाले अफसर पॉलिसी मेकरस इन्हां दा दी सुनवाई कर सकन एट द बेसिक इनसेप्शन लैवल ऑफ द प्रॉब्लम। सो ये साडा कॉन्ट्रीब्यूशन है, ये साडी विजन है कि साडे Sometimes when someone asks me ਕਿ ਵੀ ਤੁਸੀਂ ਚਾਹੁੰਦੇ ਕੀ ਹੋ ਕਿ ਵੀ ਕੀ ਹੋਏ, ਅਸੀਂ ਇਹ ਚਾਹੁੰਦੇ ਹਾਂ ਜੀ ਕਿ ਅੱਜ ਤੋਂ 15-20 ਸਾਲਾਂ ਬਾਅਦ ਹਰ
सरकारी अफसर जो जो पंजाब दा है वो अकाल अकैडमी दा स्कॉलर होए, उसके मन विच प्रेम होए, सेवा भावना होए, ह्यूमिलिटी होए, ताकि वह दूसरे के दर्द को अपना दर्द समझ के एक जुडिशियस डिसीजन दे सके जिस नाल लोकाई का भला हो सके। ये साड़ा ऑब्जेक्टिव है। जे असी इसे नेड़े भी पहुंच जाते हाँ तो अं समझांगे कि साड़ा जीवन सफला हो गया। डॉक्टर दविंदर सिंह जी, आई थिंक जो तुसी ये गल जोड़ी है खास करके किसान मुद्दे दे नाल, इट्स सो इंपॉर्टेंट राइट, बिकॉज अगर तुहाडी एक सीट नहीं हैगी उस टेबल ते जिथे डिसीजंस बनाए जा रहे, देन यू विल नेवर बी पार्ट ऑफ द फाइनल डिसीजन। एंड यही चीज दा ए पूरा जो मोर्चा लग्या है एदे अराउंड है, जो ये बिल्स हन। बट यू आर राइट, अज सारे वो प्रोटेस्टर्स भी सोच रहे कि अगर आपां सिस्टम नू चेंज करना है, आपां किसी दी वेट नहीं कर सकते, आपां सिस्टम विच इनवॉल्व होना पैना है। जिथे इस अगली जनरेशन की गल आ रही है, दे हैव द ह्यूमिलिटी, जिस तरह तुसीं कहा द कंपैशन, उन्हां नूं एक्सपीरियंस होया हुआ है इन चीज़ां दा। हुण इफ उन्हां नूं इक्विप किया जाए नॉलेज दे नाल, स्किल सैट दे नाल, उह की कुछ नहीं कर सकते सिस्टम दे विच इनवॉल्व हो के, उन्हूं किस तरह नहीं बदल सकते। इहदी गल हो रही है, एक होर छोटी जी ब्रेक लई इत्थे रुकदे हां। व्यूअर्स, पैनलिस्ट सारे, तुसीं साडे नाल इस तरह जुड़े रहो, कुछ होर जानकारी तुहानूं प्रोवाइड करांगे इन इंस्टीट्यूशनस बारे कि की एग्जैक्टली कम हो रहा है, कित्थे तुहाडी सपोर्ट दी अज दी डेट which load hai kithe na jao, milde hain break to spar। ब्रेक तो बस सारे का स्वागत है। स्पेशल प्रोग्राम बड़ू सब का गीत ट्रस्ट संस्था के नाल, उन्होंने सेवादारा नाल, डोनर्स नाल, सपोर्टर्स नाल, सारे नाल गल हो रही है, तुहाडी भी गल हो रही है। मैं चाहवांगी कि तुसी जरूर स्क्रीन ते लिखे हुए नंबर्स नू नोट कर लो, खास करके रविदीप कौर मुक्ता जी दा, बिकॉज ये जो संस्था ये कम कर रही है, जो सेवा कर रही है, ये ना कि सिर्फ अज दी डेट विच पंजाब दे विच एहो जा चेंज लैके आ रही है जो अज जरूरी है, बट अगर आपां लोंग टर्म की गल करते हैं कि आपां कित्थे देखना चाहते हैं पंजाब नू अगले 10-15-20 सालां दे विच, ते ओहो जा कम कर रही है। ਇਹਦੇ ਵਿੱਚ ਸਭ ਤੋਂ ਇੰਸਟਰੂਮੈਂਟਲ ਹੈਗੀ ਐਜੂਕੇਸ਼ਨ। ਸਾਡੇ ਨਾਲ ਜੁੜੇ ਹਨ ਸਾਡੇ ਵੰਡਰਫੁਲ ਪੈਨਲਿਸਟ, ਸਟਾਰਟਿੰਗ ਵਿਦ ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਇੰਡੀਆ ਤੋਂ ਸਾਡੇ ਨਾਲ ਜੁੜੇ ਹਨ। ਸਾਰਿਆਂ ਨੂੰ ਇੱਕ ਵਾਰੀ ਫਿਰ ਸਵਾਗਤ। ਜੈਸੀ ਮਾਨ ਜੀ ਡੈਲਸ ਟੈਕਸਿਸ ਤੋਂ, ਰਵੀਦੀਪ ਕੌਰ ਮੁਕਤਾ ਜੀ ਆਲਸੋ ਫਰੋਮ ਡੈਲਸ ਟੈਕਸਿਸ। ਤੁਸੀਂ ਥੋੜ੍ਹਾ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਜੋ ਐਜੂਕੇਸ਼ਨ ਹੈਗੀ ਨੀਡਸ ਟੂ ਸਟਾਰਟ, ਛੋਟੀ ਉਮਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ, ਬਿਕੋਜ਼ ਐਜੂਕੇਸ਼ਨ ਇੱਕ ਇੰਪਾਵਰਮੈਂਟ ਦਿੰਦੀ ਹੈ ਇੱਕ ਛੋਟੇ ਜਿਹੇ ਬੱਚੇ ਨੂੰ, ਇੱਕ ਸਿਕਿਉਰਿਟੀ, ਇੱਕ ਸਟੈਬਿਲਿਟੀ ਦਿੰਦੀ ਹੈ, ਐਂਡ ਦੈਨ ਉਹਦੇ ਉੱਤੇ ਬਿਲਡ ਕਰਕੇ ਤੁਸੀਂ ਕੀ ਕੁਛ ਨਹੀਂ ਉਹਨਾਂ ਦਾ ਬਣਾ ਸਕਦੇ, ਉਹਨਾਂ ਦਾ ਫਿਊਚਰ ਕਿਸ ਤਰ੍ਹਾਂ ਸੁਧਾਰ ਸਕਦੇ ਹੋ, ਕਮਿਊਨਿਟੀ ਨੂੰ ਅਪਲਿਫਟ ਕਰ ਸਕਦੇ ਹੋ। ਬਟ ਇੰਨਾ ਵੱਡਾ ਉਪਰਾਲਾ, ਇਹਦੀ ਕੋਸਟ ਵੀ ਵੱਡੀਆਂ ਹੁੰਦੀਆਂ। ਡਾਕਟਰ ਦਵਿੰਦਰ ਸਿੰਘ ਜੀ, ਯੂ ਨੋ ਹਮੇਸ਼ਾ ਸਾਡੀ ਲੋਨ ਦੀ ਗੱਲ ਹੁੰਦੀ ਹੈ, ਯੂ ਨੋ ਆਈ ਡੋਂਟ ਥਿੰਕ ਪੀਪਲ ਅੰਡਰਸਟੈਂਡ ਫੁੱਲੀ ਕਿ ਇੰਨਾ ਵੱਡਾ ਕਰਜ਼ਾ ਕਿਉਂ ਹੈ, ਰਾਈਟ? ਜੈਸੀ ਮਾਨ ਜੀ, ਤੁਸੀਂ ਹਮੇਸ਼ਾ ਸਾਡੇ ਨਾਲ ਜੁੜ ਕੇ ਵਿਊਰਸ ਨੂੰ ਰਿਮਾਈਂਡ ਕਰਾਉਂਦੇ ਹੋ ਕਿ ਇਹ ਸੰਸਥਾ ਇੱਕ ਅਫੀਸ਼ੀਐਂਟ ਆਲਮੋਸਟ ਬਿਜ਼ਨਸ ਐਂਟਰਪ੍ਰਾਈਜ਼ ਦੀ ਤਰ੍ਹਾਂ ਆਪਣੇ ਆਪ ਨੂੰ ਓਪਰੇਟ ਕਰ ਰਹੀ ਹੈ, ਭਾਵੇਂ ਉਹ ਬੈਂਕ ਲੋਨਸ ਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨਸ਼ਿਪਸ ਰੱਖੇ ਹੋਏ ਹੈ, ਰੀਪੇਮੈਂਟ ਦੀ ਆਪਾਂ ਗੱਲ ਕੀਤੀ ਹੈ। ਸੋ ਆਈ ਕਾਂਟ ਵਾਂਟ ਟੂ ਟਾਕ ਅਬਾਊਟ ਦੈਟ ਇਨ ਦਿਸ ਸੈਗਮੈਂਟ, ਕਿ ਜਿੱਥੇ ਵੱਖ ਵੱਖ ਇੰਸਟੀਟਿਊਸ਼ਨਸ ਹਨ, ਬਾਬਾ ਇਕਬਾਲ ਜੀ ਦਾ ਜੋ ਡਾਇਰੈਕਟਿਵ ਹੈ ਕਿ ਕੰਮ ਹੋਣਾ ਵੀ ਚਾਹੀਦਾ ਹੈ ਐਫੀਸ਼ੀਐਂਟਲੀ ਵੀ ਅਤੇ ਤੇਜ਼ੀ ਨਾਲ ਹੋਣਾ ਚਾਹੀਦਾ ਹੈ, ਉਹਦੇ ਨਾਲ ਸ਼ੁਰੂ ਕਰਦੇ ਹਾਂ। ਡਾਕਟਰ ਦਵਿੰਦਰ ਸਿੰਘ ਜੀ, what is the financial situation, especially COVID to baad jithe inna vadda hit economy nahi lagta, just last week we shared India de vich hi millions of people are now below the poverty line, jo middle class vich pehle sige oh hun poverty line de thalle aa gaye economy da downfall karke COVID karke, sanstha di ki financial aj di date vich challenges han jo tusi sanu das sakde ho? Haan ji, I'll just divide this discussion into two parts. Pehla hai ji ki sada basic model ki hai, jada assi model banaya hai oh eh banaya hai for the long term sustenance of the organization ki running cost will have to be met by the institutions themselves, either individual school apna kharcha kar dega ਜਾਂ ਜਿਹੜਾ ਵੱਡਾ ਸਕੂਲ ਹੈ ਉਹ ਆਸ ਪਾਸ ਦੇ ਉਸਦੇ ਜੋ ਛੋਟੇ ਸੈਟੇਲਾਈਟ ਸਕੂਲਸ ਹਨ ਉਹਨਾਂ ਦਾ ਖਰਚਾ ਉਹ ਮੀਟ ਕਰ ਜਾਏਗਾ। ਸੋ ਰਨਿੰਗ ਕੋਸਟ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਡੋਨੇਸ਼ਨਸ ਅਸੀਂ ਇਸਤੇਮਾਲ ਨਾ ਕਰੀਏ। ਦਿਸ ਇਜ਼ ਅ ਲੋਂਗ ਟਰਮ ਸਸਟੇਨੈਂਸ ਵਾਸਤੇ ਇਹ ਬਹੁਤ ਹੀ ਜ਼ਰੂਰੀ ਹੈ।
otherwise the systems will not function. ते जो साडा इंफ्रास्ट्रक्चर डिवेलपमेंट है उसके वास्ते असी लोन लेंदे हाँ. हुण सवाल यह है जी कि असी लोन क्यों लिया, इतना ज़्यादा लोन क्यों चुक लिया, ये सवाल है. नॉर्मली असी जो साडा मॉडल है वो ये है कि जब साडे स्कूल विच 400 बच्चे हो जाते हैं तो उस तो बाद वो अपनी कंस्ट्रक्शन आप मीट कर लैंदा है. जब 600 बच्चे हो जाते हैं तो नाल दे एक होर स्कूल की कंस्ट्रक्शन भी मीट कर लैंदा है. इस मॉडल नाल असी 2007 तो बाद शुरू किया एक्सपेंड करना. बट वी बाबा जी ने फिर ये रियलाइज़ किया कि इस मॉडल दे नाल असी बहुत स्लो चल रहे हैं. जो साडा ऑब्जेक्टिव सी कि पंजाब के बच्चों बचाना है, असी पूरे साल में मुश्किल नाल एक स्कूल नवा शुरू कर पाते सीगे इस मॉडल दे नाल. सो बाबा जी सेट के भाई असी जो साढ़े प्रांत की जो प्रॉब्लम है, जो पंथ की प्रॉब्लम है, जो पंजाब के बच्चों की प्रॉब्लम है, वह मैक्रो लैवल पर है, बहुत वड्डी प्रॉब्लम है. तुसी उसनू माइक्रोस्कोपिक लैवल पर निबल करके उसनू सॉल्व करने की कोशिश कर रहे हो एंड यू विल नैवर मीट द पेस एट विच द चिल्ड्रन आर बींग डेनिग्रेटेड. दे आर फॉलिंग टू प्रेज टू ड्रग्स, दे आर becoming school dropouts. So सवाल यह सी कि असी इसनों तेजी नाल duplicate करने की लोड़ महसूस हो गई. बाबा जी ने कहा भी असी बच्चे बचाने हैं. So that is when we took this momentous decision. I think very few NGOs ever take this decision कि असी loan वादे वाल तुरे. असी पहला loan लिया 17 crore का 2007 विच, जिस नाल असी schools इकट्ठे as I have been telling earlier 25-30 school ek saal ch bana le si. So is fir us to baad the whole school kholne si ge hor loan le liya and in the year 2012 baba ji de manch e aa gaya ke bhai assi 10ve paatshah de gaye hoye 300 saal pure ho gaye han. Maharaja Ranjit Singh da raj vi aaya si ga, sikhan di government vi bahut 70 saalan to raj kar rahi hai Punjab vich. पर जो महाराज दे जो कर्जा साढ़े ते सीगा, जो महाराज दे बचन सीगे, ए प्रगट्यो हमारी काशी पड़े ए हां टोर मतरासी. असी वो कर्जा पूरा करना है जो 10वें पातशाह दा बचन होया सी कि इत्थे एक सीट ऑफ हायर लर्निंग पैदा बनानी है तलवंडी साहबों, वो अज तक पूरा नहीं होया. सो दैन वी टुक अनदर लोन ऑफ अबाउट 50 crore. सो असी जे टोटल देखा जाए तो मैक्सीम जो असी लोन लिया सीगा वो 110 crore रुपए सीगा. हुण वो लोन असी हौले हौले संगत दे उपराले नाल, संगत दे प्रेम नाल असी उसनों वापस करदे चले गए ते अबाउट 50 crore अजे भी लोन बाकी साडा खड़ा है जो असी उतारना है. दास ये बेनती करेगा कि असी लास्ट ईयर काफ़ी अच्छे पोजिशन हो गए सीगे एंड वी वर होपिंग के असी ए सो ए अबाउट 7 to 8 million dollars का ये लोन सेगा. असी ये टीचा किया सी कि असी पिछले साल 2021 में $2 million जरूर असी वो लोन वापस कर पावांगे एंड दैन कोविड हैपेंड. असी कोविड के दौरान ऑल्दो वेरियस कोर्ट्स इन द कंट्री हैव परमिटेड के स्कूल्स पूरी फीस लै सकते हैं, पर असी रियलाइज़ किया कि जो तुसी कह रहे हो कि मिडिल क्लास लोग भी पॉवर्टी वाल तुर पे सीगे, ये वाकई सिचुएशन है इस देश विच, कंट्री विच, विशेष तौर पर पिंडा विच. सो संस्था ने वॉलंटरिली असी सारिया ने ये टीचा किया. असी कॉन्फ्रेंस की सारे प्रिंसीपल दे नाल, उन्होंने अपने टीचर नाल कॉन्फ्रेंस की. सो वॉलंटरिली सारिया ने कुछ थोड़ा बहुत कॉन्ट्रीब्यूट किया कि भी असी अपनी सैलरीज कट कर देवांगे ते बच्चों की असी फीस घटा लवेंगे. सो संस्था ने 20-30% फीस घटा दी. हालांकि लेट मी टेल यू द गवर्नमेंट हैज़ टोल्ड के तुसी अपनी पूरी फीस लो, द सुप्रीम कोर्ट हैज़ सेड तुसी पूरी फीस लो. उसके बावजूद असी वॉलंटरली सीइंग द मिजरी एंड द प्लाइट ऑफ द पीपल असी 20-30% फीस वेरियस क्लासेस घटा दी. एज अ रिजल्ट असी तकरीबन $5 million का कंसैशन दिता लास्ट ईयर बच्चों को, ताकि इस दे नाल वो सस्टेन कर सकन, बच्चे सानू छोड़ ना जान. और बहुत सारे प्राइवेट स्कूल जड़े पंजाब च ऑपरेट कर रहे हैं उन्होंने बच्चे बहुत सारे स्कूल छोड़ गए,
बिकॉज दे कुडंट अफोर्ड इट, पर असी बच्चे नूं नाल जोड़े रखे। एक तो असी बड़ी अच्छी एजुकेशन देंदे रहे ऑनलाइन, नाले असी एक कंसेशन ऑफर कर दिता जिस नाल के ओ दे कुड मैनेज टू मेक देयर टू एंड्स मीट एज वेल एज कंटिन्यू विद एजुकेशन। वी वर होपिंग के इस साल असी कैचअप कर जावांगे, ते फिर असी दोबारा जो टीचा कीता सी कि भी असी $2 million दा लोन कटा देवांगे। सो विद ग्रेट एंथुजियाजम जद इतों स्कूल दोबारा शुरू होए फरवरी के महीने में असी फुल फ्लैट शुरू करता, स्टाफ नूं भी कह दिता कि असी फ्रॉम 1st February से तुहानूं पूरी तनखा देवांगे। वी मेड दैट अनाउंसमेंट एंड वी हैव गिवन दैम फुल सैलरीज फॉर द लास्ट 2 months, ऑल्दो वी हैड मेड स्मॉल डिडक्शन इन द प्रीवियस मंथ्स, पर असी 2 महीने देता। एंड अगेन द सेम थिंग हैज हैपेंड प्रिसाइसली द सेम डेट 21st of March, अगेन देयर वॉज अ लॉकडाउन and we are back to the same position which we were last year. I'm not sure if people sitting in the west can realize ke hun is tarah lagda hai ke shayad kamar hi tut rahi hai ke assi fir dobara apne teachers nu keh rahe hain ke bhai tusi dobara apne mobile chukko aur dobara online padhai shuru karao, fir assi parents nu keh rahe hain ke bhai thoda ja hor cooperate karo, bachchan nu sambhaliye. And it is very challenging. Everyone is finding it so difficult now to start all over again. The a hun situation dobara aa gayi hai. I am very skeptic ke is vari sanu sade jo patrons hain, sade jo kisan veer hage jinna de bacche sade kol pad rahe hain, oh sanu oh jo assi 20% concession ditta siga 80% fees den da, वो इस वारी पूरा कर सकेंगे कि नहीं। आई एम रियली वेरी स्केप्टिक। हालांकि असी 20% का सेशन दे दिता सीगा, उसके बावजूद अजे भी तकरीबन $3 million, तकरीबन 18 to 20 crore फीस अजे भी साड़ी आनी बाकी है। सो जड़ा असी सोचा सी कि भी ये पैसा असी लोन वापस कर देवांगे, वापस भी नहीं कर पाए, और साड़ा जो ड्यूज पिछले से वो भी अजे खड़े हैं। And we are staring at a great challenge for the second consecutive year where the children are not in a position to come to school. Along with this, ek aur badi vaddi maar pe gayi hai, oh hai ji cost of fuel, diesel. The cost of diesel in the country in last 1 year has risen from 54 rupees a liter to about 80 rupees a liter. सो ए इस दे नाल जो लॉस हो रहा सानू, ट्रांसपोर्टेशन ऑफ द किड्स हैज बिकम वेरी एक्सपेंसिव। असी फीस ते असी घटा दित्ती, पर हुण जड़े जड़े वीरां ने अपनी वैनस लईआं होई हैं, स्कूल वैनस बसेस चला रहे हैं, उन्हां नूं असी किवें कहीए कि भाई तुसी पैसे घट चार्ज करो, हाउ विल दे सरवाइव। सो एक एडिशनल चैलेंज साडे पिंडां दे बच्चियां वास्ते हो गया है, डबल वहमी हो गई है जी। एक तो दोबारा स्कूल नहीं लग रहे, बच्चे घर बैठे हुए हैं, और सैकेंडली जद स्कूल खुलेंगे तो जी कॉस्ट ऑफ ट्रांसपोर्टेशन है वो भी प्रोहिबिटिव हो जाएगी। सो जो दास ने पहला कहा सीगा कि साड़ा बेसिक मॉडल है कि असी रनिंग कॉस्ट मीट करनी है, हुण उसी दे अगे साड़ा ग्रेट चैलेंज आ रहा है कि रनिंग कॉस्ट असी जो स्कूल दी संभव असी मीट कर लवांगे रनिंग द स्कूल, बट ट्रांसपोर्टेशन वास्ते साडे वास्ते बहुत ही वड्डा चैलेंज है। अनलैस समथिंग हैपन्स, महाराज वालों कोई बख्शिश हो जाए तो कॉस्ट ऑफ डीजल अगेन कम्स बैक टू 50-60 rupees, अदरवाइज ये भी एक नवा चैलेंज है जो असी दोबारा फिर झोली अड़ के खड़े हाँ अपने वीरां दे अगे, USA दे, कैनेडा दे, इंग्लैंड दे, कि भी जो साढ़े भैन भरा इत्थे रह गए हैं, पिछे पिछे रह गए हैं, असी पूरा जोर लगा रहे हैं कि उन्होंने बच्चों को संभाल लीए। तुहाडे अगे सारिया अगे हथ बन के बेनती है, दिलों बेनती है कि ये समा दोबारा आ गया जिथे कि सानू बहुत ज़्यादा सपोर्ट चाहिए, कि असी नहीं चाहवांगे, साडा दिल रोंदा है कि साडा कोई बच्चा स्कूल का इस वास्ते स्कूल छोड़ रहा है दैट ही कैन नॉट bear the cost of transportation of the bus from home to school. So, Das,
जी डॉक्टर दविंदर सिंह जी तुहाडी अपील लोकां तक मैनू कॉन्फिडेंस पहुंच रही है उन्होंने दिलों तक लग रही है आई मीन ये जो तुसी चीज कही है डीजल दी महंगाई दी जो तुसी गल कीती है ना एक बारी फिर आई एम सो ग्लैड दैट यू ब्रॉट दिस अप बिकॉज लोग सोचते नहीं है कि किन्ने ज्यादा खर्चे किन्नी निकी निकी चीजा जो तो तुसी उन्होंने एड अप करते हो इन्ने वड्डे लेवल ते जिस लेवल ते ये संस्था काम कर रही है इन्ने हजारा टेंस ऑफ थाउजेंड्स ऑफ बच्चों नु पढ़ा रही है व्हेन यू मल्टीप्लाई हाउ दैट कॉस्ट मल्टीप्लाइज टू एंड जिथे साडी ऑफ कोर्स अरदास हर रोज हुंदी है कि सारी चीजा भावे कोविड होए भावे मोर्चा होए डीजल दी जिस तरह तुसी कही ओ चीज दा हल जरूर निकले बट वी कैन नॉट वेट जिथे साडे कोल पावर है जो साडे व्यूअर्स सुन रहे हैं तुहाडे कोल पावर है भावे वह फाइनैंशियल होए किसी होर योगदान पाउण दी पावर है तुसी अज्जो पावर एक्सरसाइज कर सकते हो इहदी भी गल करांगे किस तरह व्यूअर्स बैठे हुए जो सानू वेख रहे हैं तुहाडी सपोर्ट तुसी पा सकते हो क्यों तुहानू सपोर्ट करनी चाहिए किन्नी लोड़ है अज की डेट विच ईवन मोर दैन बिफोर इहदी गल करांगे एक छोटी जी ब्रेक तो उस पार इस तरह साडे नाल बने रहो मिलदे हां ऑन द अदर साइड ऑफ द ब्रेक ब्रेक तो बाद एक बार फिर साहब का स्वागत तुसी वेख रहे हो साडा स्पेशल प्रोग्राम बड़ी सब कलगीधर ट्रस्ट संस्था दे नाल गल हो रही है डॉक्टर रविंदर सिंह जी जैसी मान जी ते रविदीप कौर मुक्ता जी साडे नाल जुड़े हन व्यूअर्स तुसी भी जुड़े हो तुसी सुन रहे हो किस तरह दी अर्जेंट नीड्स अर्जेंट रिक्वायरमेंट्स हन की क्रिटिकल सिचुएशन बन चुकी है जिथे बच्चों नू बचाने की गल हो रही है मिशन है उथे जो वक वक भावे वह टीचर्स होन ट्रांसपोर्टेशन इंडिविजुअल्स होन जो संस्था नाल जुड़े हन उन्हां ते किस तरह का बोझ पै रहा है करंट सरकमस्टांसिस नू लैके रविदीप कौर मुक्ता जी मैं तुहाडे नाल हुण माड़ा जिहा गल तुहाडे तो सुनना चाहवांगी कि जिथे यू नो साडी संगत व्यूअर्स जो वेख रहे हैं उन्हां दी सपोर्ट की गल आती है ना आपां थोड़ा इस चीज से हमेशा फोकस करते हैं कि साडे लिए आपां तां वी मेड इट आउट है ना सानू वाहगुरु ने मेहर की कि आपां पहुंचे हां रह रहे हां अब्रॉड वी हैव कंफर्टेबल गुड लाइव्स की ऑब्लीगेशन बनती है सारिया की कि तुसी अगर तुहानू इन्नी मेहर हुई है वाहगुरु की कि तुसी की दसवंध कट के उन्हां लई कुछ करो जो पिछे हले भी स्ट्रगल कर रहे हैं वाहगुरु जी का खालसा वाहगुरु जी की फतेह अश्मिता जी मैं कहना चाहवांगी सारी संगत नू मैं डॉक्टर वीर जी दी अपील सुन के आई गॉट इमोशनल ना डॉक्टर वीर जी लाइक इन्हां दी बड़ियां प्यारियां दो बेटियां ने दे बोथ आर डॉक्टर वीर जी नू कोई लोड़ नहीं हैगी कि इन्ना अपील करन दी इन्ना ज्यादा लाइक मतलब कि मैनू ए लग रहा है कि इस टाइम पंजाब दे विच अगर कोई काम कर रही है सिर्फ एक कलगीधर ट्रस्ट बड़ू साहब ऑर्गेनाइजेशन ही कर रही है गुरु गोबिंद सिंह जी ने कहा सी ना कि चार मुए तो क्या हुआ जीवत कई हजार है ना उन्होंने अपने चार लाल वार के एक खालसा पंथ खड़ा किया सी राइट ते एक्चुअली विच गुरु गोबिंद सिंह जी का जो आशा सी ओदे ते ए संस्था पूरी खड़ी उतर रही है डॉक्टर वीर जी जो अपना प्रोफेशन छड़ के आए वीर जी इंटरनल मेडिसिन दे डॉक्टर दिल्ली विच बहुत पैसा बना सकते सी बहुत पैसा भैन जी शी इज आई डॉक्टर ओनू छड़ के एक्चुअली जो गुरु गोबिंद सिंह जी ने किया ओ वीर जी भैन जी अपने बाबा इकबाल सिंह जी ने किया राइट अगर असी ए सानू मनुखी दे जड़ी मिली है बाबा जी हमेशा कहंदे ने अपना गुरु ग्रंथ साहिब जी की बाणी भी कहती है कि भई प्राप्त मानुख दे हुरिया गोबिंद मिलन की ए तेरी बढ़िया अवर काज तेरे किते ना काम मिल साथ संगत पच केवल नाम बड़ी छोटी जी जिंदगी है मतलब मैं हुण 41 सालां दी होगी राइट चुटकियां बीतियां कि 41 साल किंज निकल गए पता नहीं हुण अगले 10 साल ने 15 साल ने राइट ते मैं सारी संगत नूं इही अपील करांगी कि ए मनुखी दया बार बार नहीं मिलदियां कई जन्म पे कीट पतंगा कई जन्म अस की बंध के बड़ी फिर कृपा तुमरी कृपा ते मानुख दे पाई है ते बड़ी कृपा होंदी है कि असी जदों सेवा सानू मिलदी है सानू अपॉर्चुनिटी मिलदी है राइट मैं ते हमेशा अरदास करदी हां कि वाहिगुरु एक एक स्वास जेड़ा ना ए जन्म दा ओ आपां सेवा दे विच लगा दईए
ਤੇ ਅਸੀਂ ਇੱਥੇ ਆਫ ਕੋਰਸ ਆਬਲੀਗੇਟਡ ਕੋਈ ਨਹੀਂ ਹੈਗਾ ਸੰਗਤ ਆਬਲੀਗੇਟਡ ਨਹੀਂ ਉਹਨਾਂ ਨੇ ਦੇਣਾ ਹੀ ਦੇਣਾ ਅਸੀਂ ਤੇ ਹੱਥ ਜੋੜ ਕੇ ਜੋਜੜੀ ਅੱਡ ਕੇ ਬੇਨਤੀ ਕਰ ਸਕਦੇ ਹਾਂ ਕਿ ਅਗਰ ਅਸੀਂ ਕਰ ਸਕਦੇ ਹਾਂ ਸਪੋਰਟ ਤੇ ਇਹ ਸੰਸਥਾ ਦਾ ਆਪਣਾ ਕੋਈ ਪਰਸਨਲ ਏਜੰਡਾ ਨਹੀਂ ਹੈਗਾ ਜੋ ਕੁਛ ਵੀ 24/7 ਇਹ ਸੰਸਥਾ ਸੇਵਾ ਕਰ ਰਹੀ ਹੈ ਉਹ ਨੰਨੇ ਮੁੰਨੇ ਬੱਚਿਆਂ ਦੀ ਕਰ ਰਹੀ ਹੈ ਜਿਸ ਟਾਈਮ ਅਗਰ ਇਹ ਆਰਗਨਾਈਜੇਸ਼ਨ ਨਾ ਹੁੰਦੀ ਸੁਸਮਿਤਾ ਜੀ ਜਿਹੜੇ ਬੱਚੇ ਪੜ੍ਹ ਰਹੇ ਨੇ ਜਿਹੜੇ ਪੜ੍ਹ ਕੇ ਨਿਕਲ ਗਏ ਨੇ ਜਾਂ ਕਈ ਹਜ਼ਾਰਾਂ ਬੱਚਿਆਂ ਨੇ ਪੜ੍ਹ ਕੇ ਨਿਕਲਣਾ ਰਾਈਟ ਕਿਸੇ ਨੇ ਵੀ ਉਹਨਾਂ ਬਾਰੇ ਨਹੀਂ ਫਿਕਰ ਕਰਨਾ ਸੀ ਨਹੀਂ ਸੋਚਣਾ ਸੀ ਹੋਰ ਤੁਸੀਂ ਮੰਨੋਗੇ ਜਦੋਂ ਵੀ ਭੈਣ ਜੀ ਨਾਲ ਵੀਰ ਜੀ ਨਾਲ ਸਾਰੇ ਸੇਵਾਦਾਰ ਨਾਲ ਗੱਲ ਹੁੰਦੀ ਹੈ ਕਿ ਅਗਰ ਇਹਨਾਂ ਨੂੰ ਬਿਠਾ ਕੇ ਕੋਈ ਰੋਟੀ ਨਾ ਕਵੇ ਕਿ ਰੋਟੀ ਖਾਓ ਬੈਠੋ ਵੀਰ ਜੀ ਰੋਟੀ ਖਾਓ ਤੇ ਇਹ ਤੇ 4 ਸਾਲ ਵੀ ਰੋਟੀ ਨਾ ਖਾਣ ਨਾ ਇਹਨਾਂ ਨੂੰ ਹੋਸ਼ ਨਹੀਂ ਹੁੰਦਾ ਕਿ ਰੋਟੀ ਵੀ ਖਾਣੀ ਹੈ ਕਿ ਪਕੜ ਪਕੜ ਕੇ ਕਿ ਰੋਟੀ ਤੇ ਖਾ ਲਓ ਲਾਈਕ ਲੰਚ ਕਰ ਲਓ ਡਿਨਰ ਕਰ ਲਓ ਕੰਮ ਤੇ ਨਹੀਂ ਮੁੱਕਣਾ ਮਤਲਬ ਇਸ ਤਰ੍ਹਾਂ ਦੀ ਅੰਥਕ ਸੇਵਾ ਲਾਸਟ ਈਅਰ ਮੈਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਨਾ ਚਾਹਾਂਗੀ ਜਦੋਂ ਵੀਰ ਜੀ 2019 ਚ ਆਏ ਤੇ ਮੈਂ ਵੀਰ ਜੀ ਨੂੰ ਕਿਹਾ ਮੈਂ ਕਿਹਾ ਵੀਰ ਜੀ ਮੈਂ ਨਾ ਥੋੜੀਆਂ ਜਿਹੀਆਂ ਬਾਹਰ ਲਾਈ ਲਾਈਕ ਹੈਲਦੀ ਬਾਹਰ ਹੁੰਦੀਆਂ ਨੇ ਵੀਰ ਜੀ ਵਾਸਤੇ ਕਿ 0% ਲੈਸ ਸ਼ੂਗਰ ਤੇ ਇਹ ਵੋ ਨਾ ਤੇ ਮੈਂ ਕਿਹਾ ਵੀਰ ਜੀ ਕੁਛ ਲੈ ਕੇ ਆਉਣਾ ਕੁਛ ਲੈ ਕੇ ਆਉਣਾ ਤੇ ਦਿਲ ਕਰੇ ਕਿ ਵੀਰ ਜੀ ਨੂੰ ਕੁਛ ਦੇਣਾ ਲਾਈਕ ਕੀ ਦੇ ਅਸੀਂ ਨਹੀਂ ਕੁਛ ਦੇ ਨਹੀਂ ਸਕਦੇ ਨਾ ਅਸੀਂ ਅਰਦਾਸ ਕਰ ਸਕਦੇ ਹਾਂ ਵੀਰ ਜੀ ਦੀ ਬਸ ਲੰਬੀ ਉਮਰ ਹੋਵੇ ਇੰਨੀ ਸੇਵਾ ਕਰਨ ਰਾਈਟ ਤੇ ਵੀਰ ਜੀ ਨੇ ਇੱਕੋ ਗੱਲ ਕਹੀ ਕਹਿੰਦੇ ਐਵੇਂ ਸਮਾਨ ਇਕੱਠਾ ਕਰ ਕਰਕੇ ਨਾਲ ਤੇ ਕੁਛ ਜਾਣਾ ਨਹੀਂ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਆਫਟਰ ਦੈਟ ਸ਼ਮੀਤਾ ਜੀ ਆਈ ਸਟਾਪ ਮਾਈ ਸ਼ਾਪਿੰਗ ਮੈਂ ਕੱਪੜੇ ਖਰੀਦਣੇ ਬੰਦ ਕਰਤੇ ਉਹ ਚੀਜ਼ ਨੇ ਇੰਨਾ ਟੱਚ ਕੀਤਾ ਕਿ ਹੁੰਦਾ ਨਾ ਕਿ ਜਨਾਨੀਆਂ ਨੂੰ ਆਦਤ ਹੁੰਦੀ ਹੈ ਕਿ ਘਰ ਵਿੱਚ ਡੈਕੋਰੇਸ਼ਨ ਦਾ ਸਮਾਨ ਹੈ ਹੋਰ ਦੇਖਿਆ ਹੋਰ ਚੁੱਕ ਲਿਆ ਉਹ ਡੋਨੇਟ ਕਰ ਦਿਓ ਹੋਰ ਲਿਆਓ ਐਵੇਂ ਜਾਓ ਸਟੋਰ 'ਚ ਇੱਕ ਮਿੰਟ 'ਚ ਪਰਸ ਖੋਲ ਕੇ ਮਨ ਲਲਚਾਉਂਦਾ ਰਹਿੰਦਾ ਹੈ ਜਾਂ ਹਾਲੇ ਸਾਡੀ ਉਹ ਅਵਸਥਾ ਵੀਰ ਜੀ ਜਿੰਨੀ ਨਹੀਂ ਆਈ ਉਸ ਤੋਂ ਬਾਅਦ ਮੈਂ ਕਿਹਾ ਕਿ ਨਹੀਂ ਉਮਰ ਦੇ ਦਾਮ ਤੱਕ ਬੱਚੇ ਜੋ ਮਰਜ਼ੀ ਕਰਨ ਆਪਣਾ ਲਿਆਉਣ ਉਹਨਾਂ ਦੀ ਵੋਟੀਆਂ ਕੱਲ੍ਹ ਨੂੰ ਲਿਆਉਣ ਕਿ ਇੱਕ ਕੱਪੜਾ ਨਹੀਂ ਖਰੀਦਣਾ ਇੱਕ ਸਮਾਨ ਨਹੀਂ ਖਰੀਦਣਾ ਬਸ ਜਿਹੜੀ ਆਪਣੀ ਰੂਹ ਹੈਗੀ ਹੈ ਨਾ ਉਹ ਇੱਕ ਇੱਕ ਸਵਾਸ ਸੇਵਾ ਵੱਲ ਮਨ ਲਾਉਣਾ ਤੇ ਸਿਮਰਨ ਵੱਲ ਮਨ ਲਗਾਉਣਾ ਤੇ ਮੈਂ ਸਾਰੀ ਸੰਗਤ ਨੂੰ ਇਹੀ ਹੱਥ ਜੋੜ ਕੇ ਅਪੀਲ ਕਰਾਂਗੀ ਅਮਰੀਕਾ ਦੇ ਵਿੱਚ ਬੜਾ ਕ੍ਰਿਟੀਕਲ ਟਾਈਮ ਚੱਲ ਰਿਹਾ ਮੈਨੂੰ ਪਤਾ ਹੈ ਕਾਫੀ ਬਿਜ਼ਨੈਸਿਸ ਜਿਹੜੇ ਕਿ ਮਤਲਬ ਲੋਕਾਂ ਨੇ ਲੂਜ਼ ਕੀਤੇ ਹੈਗੇ ਨੇ ਫਾਈਨੈਂਸ਼ੀਅਲ ਵੀ ਬਟ ਫਿਰ ਵੀ ਜੇ ਅਸੀਂ ਕਰ ਸਕਦੇ ਹਾਂ ਤੇ ਅਸੀਂ ਬਿਲਕੁਲ ਵੀ ਪਿੱਛੇ ਨਾ ਹਟੀਏ ਜ਼ਰੂਰ ਸੇਵਾ ਕਰੀਏ ਸਾਨੂੰ ਲੋਨ ਦੀ ਕਿਸ਼ਤ ਉਤਾਰਨੀ ਹੈ ਸਾਨੂੰ ਜਿਹੜੇ ਬੱਚੇ ਆਪਾਂ ਫ੍ਰੀ ਪੜ੍ਹਾ ਰਹੇ ਹਾਂ ਉਹਨਾਂ ਦੀ ਸਾਨੂੰ ਫੀਸਾਂ ਚਾਹੀਦੀਆਂ ਨੇ ਸੋ ਲੋਟ ਆਫ ਐਕਸਪੈਂਸਿਸ ਹੈਗੇ ਨੇ ਕਿਸੇ ਦਾ ਪਰਸਨਲ ਨਹੀਂ ਹੈਗਾ ਇਹ ਪੰਥ ਦੇ ਐਕਸਪੈਂਸਿਸ ਨੇ ਇਹ ਪੰਥ ਦੀ ਜਦਾਦ ਹੈ ਇਹ ਪੰਥ ਦੇ ਬੱਚੇ ਨੇ ਤੇ ਇਹ ਹਿਸਟਰੀ ਯਾਦ ਕਰੇਗੀ ਜਿਵੇਂ ਅੱਜ ਅਸੀਂ ਜੂਇਸ਼ ਲੋਕਾਂ ਦੀਆਂ ਐਗਜ਼ਾਮਪਲ ਦਿੰਦੇ ਹਾਂ ਕਿ ਇੰਨੇ ਘੱਟ ਸੀਗੇ ਤੇ ਅੱਜ ਪੂਰੀ ਦੁਨੀਆਂ ਤੇ ਰਾਜ ਕਰ ਰਹੇ ਹੋਰ ਅਸੀਂ ਤੇ ਹਲੇ ਕਹਿੰਦੇ ਹਾਂ ਕਿ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਬਟ ਇਹ ਵੀ ਇੱਕ ਹਿਸਟਰੀ ਬਣੇਗੀ ਕਿ ਅਸੀਂ ਜੂਇਸ਼ ਤੋਂ ਵੀ ਘੱਟ ਹਾਂ ਤੇ ਅਸੀਂ ਵੀ ਰਾਜ ਕਰਾਂਗੇ ਬਟ ਉਹ ਟਾਈਮ ਆਏਗਾ ਬਟ ਉਹਦੇ ਨਾਲ ਸਾਰੇ ਪੰਥ ਨੂੰ ਇੱਕ ਹੋ ਕੇ ਪਹਿਲੇ ਇਹ ਸੋਚਣਾ ਪਏਗਾ ਕਿ ਅਸੀਂ ਆਪਣੀ ਡੋਨੇਸ਼ਨ ਦੇਣੀ ਕਿੱਥੇ ਵੇ ਰਾਈਟ ਕਿ ਐਜੂਕੇਸ਼ਨ ਤੋਂ ਵੱਡਾ ਕੋਈ ਵੀ ਦਾਨ ਨਹੀਂ ਹੈਗਾ ਹਨਾ ਅਸੀਂ ਕਿਸੇ ਨੂੰ ਇੱਕ ਟਾਈਮ ਹੈਲਪ ਕਰ ਦਾਂਗੇ ਦੋ ਟਾਈਮ ਹੈਲਪ ਕਰ ਦਾਂਗੇ ਬਟ ਇੱਕ ਬੱਚੇ ਨੂੰ ਐਜੂਕੇਟ ਕਰ ਦਾਂਗੇ ਉਹਨੇ ਅੱਗੋਂ ਆਪਣੇ ਕਈ ਪਰਿਵਾਰਾਂ ਨੂੰ ਵੈਲ ਸੈਟਲ ਹੋ ਕੇ ਉਹਨੇ ਸਾਂਭ ਲੈਣਾ ਰਾਈਟ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਾਂਗੀ ਕਿ ਸਾਡਾ ਟੈਕਸ ਐਗਜ਼ੰਪਟ ਹੈਗਾ ਤੁਸੀਂ ਜਿੰਨੀ ਵੀ ਡੋਨੇਸ਼ਨ ਦੋਗੇ ਦੈਟ ਇਜ਼ ਅ ਟੈਕਸ ਐਗਜ਼ੰਪਟ ਤੁਹਾਨੂੰ ਪੂਰੀ ਰਸੀਦ ਪ੍ਰੋਵਾਈਡ ਕੀਤੀ ਜਾਏਗੀ ਸਾਡਾ ਸਾਰਾ ਡੋਨੇਸ਼ਨ ਜਿਹੜਾ ਕੋਸਟ ਦੇ ਉੱਤੇ ਲੱਗ ਰਿਹਾ ਸਾਡੇ ਐਡਮਿਨਿਸਟ੍ਰੇਸ਼ਨ ਖਰਚੇ ਕੋਈ ਨਹੀਂ ਸਾਡੇ ਇੱਥੇ ਕੋਈ ਆਫਿਸਿਸ ਨਹੀਂ ਕੋਈ ਬਿਲਡਿੰਗਸ ਨਹੀਂ ਸਾਡੀਆਂ ਕਿ ਅਸੀਂ ਕਹੀਏ ਕਿ ਅਸੀਂ ਇੰਨਾ ਪਰਸਨ ਸਾਡਾ ਉਹਦੇ 'ਚ ਜਾ ਰਿਹਾ ਸੋ ਤੁਸੀਂ ਜਿੰਨਾ $100 ਦਿੰਦੇ ਹੋ ਤੁਹਾਡਾ $100 ਹੀ ਤੁਹਾਡਾ ਜਿਹੜਾ ਹੈ ਉਸ ਕੋਜ਼ ਨੂੰ ਜਾ ਰਿਹਾ ਉਸ ਬੱਚੇ ਦੀ ਸਪੋਰਟ ਐਜੂਕੇਸ਼ਨ ਨੂੰ ਜਾ ਰਿਹਾ ਵੇ ਜਿਹੜੇ ਲੋਨਸ ਵੀ ਨੇ ਉਹ ਉਤਰਨਗੇ ਉਹਦੇ ਨਾਲ ਸੰਸਥਾ ਹੋਰ ਸਕੂਲ ਖੋਲੇਗੀ ਰਾਈਟ ਉਹਦੇ ਨਾਲ ਹੋਰ ਯੂਨੀਵਰਸਿਟੀਜ਼ ਬਣਨਗੀਆਂ ਤੇ ਇਹ ਸਾਰਿਆਂ ਉਪਰਾਲਿਆਂ ਦੇ ਨਾਲ ਕਹਿੰਦੇ ਨਾ ਜਦੋਂ ਅੱਗ ਲੱਗਦੀ ਹੈ ਨਾ ਐਂਬੂਲੈਂਸ ਆਉਂਦੀ ਹੈ ਅੱਗ ਬੁਝਾਉਂਦੀ ਹੈ ਰਾਈਟ ਬਟ ਇੱਕ ਸਿਆਣਾ ਬੱਸੀਗਾ ਉਹ ਵਿਚਾਰਾ ਉਹਦੇ ਕੋਲ ਤੇ ਬਾਲਟੀ ਵੀ ਨਹੀਂ ਸੀ ਉਹ ਬੁੱਕਲ ਨਾਲ ਹੀ ਅੱਗ ਬੁਝਾਈ ਜਾ ਰਿਹਾ ਸੀ ਬਟ ਜਦੋਂ ਅੱਗ ਬੁੱਝੀ ਤੇ ਉਹਦੇ ਵਿੱਚ ਉਹਦਾ ਵੀ ਨਾਮ ਆ ਗਿਆ ਕਿ ਉਹਨੇ ਵੀ ਅੱਗ ਬੁਝਾਈ ਸੀ ਭਾਵੇਂ ਉਹ ਬੁੱਕਲ ਨਾਲ ਹੀ ਪਾਣੀ ਪਾ ਰਿਹਾ ਸੀ ਰਾਈਟ ਤੇ ਅਸੀਂ ਤੇ ਬਸ ਉਹਦੇ ਛੋਟਾ ਜਿਹਾ ਸੇਵਾ ਕਰ ਰਹੇ ਹਾਂ ਕਿ ਕਦੀ ਹਿਸਟਰੀ ਦੇ ਵਿੱਚ ਹੋਏਗਾ ਤੇ ਸਾਨੂੰ ਵੀ ਸੇਵਾ ਮਿਲੀ ਸੀ ਤੇ ਅਸੀਂ ਵੀ ਆਪਣਾ ਜਨਮ ਜਿਹੜਾ ਸਫਲਾ ਕਰਕੇ ਗਏ ਸੀ ਬਾਕੀ ਖਰਚੇ ਤੇ ਮੁੱਕਣੇ ਨਹੀਂ ਡਿਜ਼ਾਇਰਸ ਮੁੱਕਣੀਆਂ ਨਹੀਂ
ਤੇ ਅਸੀਂ ਡਿਟੈਚ ਹੋ ਕੇ ਇੱਕ ਵਾਰੀ ਦੇਣਾ ਹੁੰਦਾ ਹੈ ਤੇ ਸਾਡੇ ਚਾਚ ਸਾਹਿਬ ਨੇ ਸ਼ਿਕਾਗੋ ਉਹ ਆਲਵੇਸ ਪਤਾ ਕੀ ਕਹਿੰਦੇ ਨੇ ਕਹਿੰਦੇ ਮੁਕਤਾ ਮੈਂ ਤੇ ਜਦੋਂ ਉਹਦਾ ਬੜੂ ਸਾਹਿਬ ਨੂੰ ਦੇਣਾ ਸ਼ੁਰੂ ਕੀਤਾ ਇੱਕ ਟੈਕਸੀ ਤੋਂ ਮੈਂ ਇੱਥੇ ਪਹੁੰਚਿਆ ਕਹਿੰਦੇ ਆਲਵੇਸ ਬਰਕਤਾਂ ਪੈਂਦੀਆਂ ਨੇ ਉਹ ਮੇਰੇ ਨਾਲ ਲਾਸਟ ਪ੍ਰੋਗਰਾਮ ਹੋਇਆ ਤੇ ਗੱਲ ਕਰ ਰਹੇ ਉਹ ਕਹਿੰਦੇ ਮੈਨੂੰ ਤੇ ਇੰਨਾ ਭਰੋਸਾ ਹੈ ਕਿ ਮੈਂ ਜੇ 50,000 ਕੱਢ ਕੇ ਦਾਂਗਾ ਮੈਨੂੰ ਨਹੀਂ ਪਤਾ ਮੇਰਾ $1,00,000 ਕਿੱਥੋਂ ਆ ਜਾਂਦਾ ਹੈਗਾ ਸੋ ਇੰਨਾ ਤੇ ਕੀ ਨਾਮ ਹੈ ਤੇ ਬਾਣੀ ਵੀ ਕਹਿੰਦੀ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਹਨਾ ਤੇ ਮਨ ਚਿੰਦਿਆ ਕਰ ਭਾਵਨਾ ਹਉਮੈ ਵਿੱਚੋਂ ਜਾਏ ਇੱਕ ਮਾਇਆ ਦਿੱਤਿਆ ਮਾਇਆ ਆਉਂਦੀ ਹੈ ਪਲੱਸ ਜਿਹੜਾ ਸਾਡਾ ਸਭ ਤੋਂ ਵੱਡਾ ਸਾਡੀ ਲਾਈਫ ਦਾ ਸਾਡਾ ਐਨਮੀ ਉਹ ਹਉਮੈ ਹੈਗੀ ਹੈ ਉਹ ਵੀ ਸਾਡੀ ਜਾਣਦੀ ਹੈ ਸੋ ਆਲਵੇਸ ਵਿਨ ਵਿਨ ਸਿਚੁਏਸ਼ਨ ਹੈਗੀ ਹੈ ਦਾਨ ਕੀਤਿਆਂ ਕਦੀ ਵੀ ਘਟਦਾ ਅਸੀਂ ਜਿੱਤਦੇ ਹੀ ਹੈਗੇ ਆ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਾਂ ਤੁਸੀਂ $1 ਭਾਵੇਂ ਪਾਓ ਗਰੰਟੀ ਇੱਕ ਦਾ 2 ਬਣੇਗਾ ਚਾਰ ਪਾਓ ਚਾਰ ਦਾ 8 ਬਣੇਗਾ ਬਟ ਕੰਟਰੀਬਿਊਟ ਜ਼ਰੂਰ ਕਰੋ ਬਿਲਕੁਲ ਵੀ ਹੈਜ਼ੀਟੇਟ ਨਾ ਕਰੋ ਕਿ ਅਸੀਂ ਘੱਟ ਦੇਣਾ ਹੈ 10 ਦੇਣਾ ਹੈ 5 ਦੇਣਾ ਹੈ ਸਾਨੂੰ ਸਿਰਫ ਮੋਰ 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 ਕੰਟਰੀਬਿਊਸ਼ਨ ਮੋਰ 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 ਪੀਪਲ ਚਾਹੀਦੇ ਸੰਗਤ ਚਾਹੀਦੀ ਜਿਹੜੀ ਇਸ ਕੈਂਪਿੰਗ ਦੇ ਵਿੱਚ ਸਾਡੇ ਨਾਲ ਖੜੀ ਹੋਏਗੀ ਉਹ ਸਾਡਾ ਬੜਾ ਵੱਡਾ ਹੌਸਲਾ ਹੈ ਸਾਡੀ ਤਾਕਤ ਹੈ ਤੇ ਬਾਕੀ ਥੈਂਕ ਯੂ ਸੋ ਮਚ ਅਸ਼ਮਿਤਾ ਜੀ ਤੁਹਾਡਾ ਜੱਸੀ ਮਾਨ ਅੰਕਲ ਦਾ ਦਿਲੋਂ ਦਿਲੋਂ ਤੇ ਡਾਕਟਰ ਵੀਰ ਜੀ ਨੂੰ ਤੇ ਮੱਥਾ ਹੀ ਟੇਕਦੇ ਹਾਂ ਕਿਉਂਕਿ ਅਸੀਂ ਤੁਹਾਨੂੰ ਮਿਲਣਾ ਤੇ ਲਾਈਕ ਆਈ ਹੋਪ ਮੈਂ ਜੂਨ ਚ ਜੇ ਇੰਡੀਆ ਗਈ ਤੇ ਮੈਂ ਵੀਰ ਜੀ ਨੂੰ ਮਿਲ ਕੇ ਆਵਾਂਗੀ ਬਟ ਉਹਨਾਂ ਵੀਰ ਜੀ ਭੈਣ ਜੀ ਦੇ ਜੀਵਨ ਤੋਂ ਬਾਬਾ ਜੀ ਦੇ ਜੀਵਨ ਤੋਂ ਸਾਡੇ ਸਾਰੇ ਸੇਵਾਦਾਰਾਂ ਦੇ ਜੀਵਨ ਤੋਂ ਸਾਨੂੰ ਇੰਸਪੀਰੇਸ਼ਨ ਮਿਲਦੀ ਹੈ ਕਿ ਬਸ ਸਾਡੀ ਵੀ ਇਹ ਦੇਹ ਜਿਹੜੀ ਹੈ ਮਨੁੱਖੀ ਦੇ ਇਹ ਸੇਵਾ ਗੁਰੂ ਨਾਨਕ ਲੈ ਲੈਣ ਸਾਡੇ ਕੋਲੋਂ ਜੀ ਰਵੀਦੀਪ ਕੌਰ ਮੁਕਤਾ ਜੀ ਤੁਸੀਂ ਤਾਂ ਪਹਿਲੇ ਮੈਨੂੰ ਵੀ ਥੋੜ੍ਹਾ ਜਿਹਾ ਇਮੋਸ਼ਨਲ ਕਰਤਾ ਬਟ ਵਾਂਸ ਅਗੇਨ ਥੈਂਕ ਯੂ ਸੋ ਮਚ ਤੁਸੀਂ ਇੰਨੀ ਪੈਸ਼ਨੇਟ ਅਪੀਲ ਕੀਤੀ ਐਟ ਦੀ ਐਂਡ ਆਫ ਦ ਡੇ ਯੂ ਨੋ ਸਭ ਤੋਂ ਵੱਡੀ ਗੱਲ ਇੱਥੇ ਇਹੀ ਨਿਕਲਦੀ ਹੈ ਕਿ ਅਗਰ ਕੋਈ ਇਹੋ ਜਿਹੀ ਚੀਜ਼ ਹੈ ਜੋ ਕਿਸੇ ਵੀ ਇਨਸਾਨ ਤੋਂ ਖੋਈ ਨਹੀਂ ਜਾ ਸਕਦੀ ਉਹ ਉਹਨਾਂ ਦੀ ਐਜੂਕੇਸ਼ਨ ਨੌਲੇਜ ਵਿਜ਼ਡਮ ਜੋ ਉਹਨਾਂ ਦੀ ਸਪਿਰਚੁਐਲਿਟੀ ਹੈ ਉਹ ਹੈ ਅਤੇ ਇਹ ਸੰਸਥਾ ਉਨ ਸਾਰੀ ਚੀਜ਼ਾਂ ਨੂੰ ਹੋਰ ਤੰਦਰੁਸਤ ਹੋਰ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀ ਸਾਡੀ ਅਗਲੀ ਪੀੜ੍ਹੀਆਂ ਦੇ ਵਿੱਚ ਇੱਕ ਵਾਰੀ ਫਿਰ ਮੈਂ ਸਾਰਿਆਂ ਦਾ ਥੈਂਕ ਯੂ ਕਰਦੀ ਹਾਂ ਖਾਸ ਕਰਕੇ ਡਾਕਟਰ ਦਵਿੰਦਰ ਸਿੰਘ ਜੀ ਤੁਹਾਡਾ ਤੁਸੀਂ ਟਾਈਮ ਕੱਢ ਕੇ ਆਪਣੇ ਇੰਨੀ ਬਿਜ਼ੀ ਸਕੈਡਿਊਲ ਤੋਂ ਸਾਡੇ ਨਾਲ ਜੁੜੇ ਸ਼ਾਮ ਦਾ ਟਾਈਮ ਹੋ ਗਿਆ ਇੰਡੀਆ ਦੇ ਵਿੱਚ ਵੀ ਅਪਰੀਸ਼ੀਏਟ ਯੂ ਜੁਆਇਨਿੰਗ ਅਸ ਐਂਡ ਆਫਕੋਰਸ ਜੈਸੀ ਮਾਨ ਜੀ ਜੋ ਕਿ ਹਮੇਸ਼ਾ ਆਪਣੀ ਸਪੋਰਟ ਕਰਦੇ ਆ ਵੱਡੇ ਲੈਵਲ 'ਤੇ ਪ੍ਰੋਮੀਨੈਂਟ ਸਪੋਰਟਰ ਡੋਨਰ ਹਨ ਔਰਗਨਾਈਜੇਸ਼ਨ ਦੇ ਨਾਲ ਉਹਨਾਂ ਦੇ ਲਈ ਐਂਡ ਰਵੀਦੀਪ ਕੌਰ ਮੁਕਤਾ ਜੀ ਤੁਹਾਡੇ ਲਈ ਤੁਹਾਡੀ ਇਨਫੋਰਮੇਸ਼ਨ ਸਕਰੀਨ 'ਤੇ ਲਿਖੀ ਹੋਈ ਹੈ ਮੈਂ ਇੱਕ ਵਾਰੀ ਫਿਰ ਸਾਰੇ ਵਿਊਅਰਸ ਨੂੰ ਅਪੀਲ ਕਰਦੀ ਹਾਂ ਤੁਸੀਂ ਇਸ ਨੰਬਰ ਨੂੰ ਨੋਟ ਕਰੋ ਕੋਂਟੈਕਟ ਕਰੋ ਰਵੀਦੀਪ ਕੌਰ ਮੁਕਤਾ ਜੀ ਦਾ ਤੇ ਉਹਨਾਂ ਦੇ ਨਾਲ ਪੁੱਛੋ ਕਿ ਕਿਸ ਤਰ੍ਹਾਂ ਤੁਹਾਡੀ ਸਪੋਰਟ ਇਸ ਕੌਜ਼ ਦੇ ਵਿੱਚ ਤੁਸੀਂ ਪਾ ਸਕਦੇ ਹੋ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਇੱਕ ਵਾਰੀ ਫਿਰ ਸਾਡੇ ਸਾਰੇ ਪੈਨਲਿਸਟ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਵਿਊਰਸ ਨੂੰ ਜਾਂਦੇ ਹੁੰਦੇ ਇਹੀ ਕਹਿਣਾ ਚਾਹੁੰਦੀ ਇਸੇ ਤਰ੍ਹਾਂ ਅਗਲੇ ਹਫਤੇ ਤੁਹਾਡੇ ਨਾਲ ਇੱਕ ਹੋਰ ਪ੍ਰੋਗਰਾਮ ਇਸ ਸੰਸਥਾ ਬਾਰੇ ਲੈ ਕੇ ਆਵਾਂਗੇ ਜ਼ਰੂਰ ਤੁਸੀਂ ਟਿਊਨ ਇਨ ਕਰਨਾ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕੰਸਰਨਸ ਸਾਨੂੰ ਵੀ ਲਿਖ ਸਕਦੇ ਹੋ ਇਨਫੋ justbroadcasting.com ashmita@justbroadcasting.com ਤੇ ਰਵੀਦੀਪ ਕੌਰ ਮੁਕਤਾ ਜੀ ਦਾ ਨੰਬਰ ਜ਼ਰੂਰ ਨੋਟ ਕਰ ਲਿਓ ਉਹਨਾਂ ਦੇ ਨਾਲ ਸੰਪਰਕ ਕਰੋ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ